ਅੱਜ ਅਸੀਂ ਗੱਲਬਾਤ ਕਰਾਂਗੇ ਕਬੱਡੀ ਦੀ ਦੁਨੀਆ ਦੇ ਬਾਰੇ। ਪਿਛਲੇ ਦਿਨੀ ਆਪਣੇ ਸ਼ਹਿਰ ਐਡਮਿੰਟਨ ਵਿੱਚ ਉੱਘੇ ਕਬੱਡੀ ਪ੍ਰਮੋਟਰ ਨਰਿੰਦਰ ਕਾਂਗੂਨੀ ਆਏ ਸਨ। ਪੇਸ਼ ਨੇ ਉਹਨਾਂ ਨਾਲ ਕੀਤੀ ਮੁਲਾਕਾਤ ਦੇ ਕੁਝ ਅੰਸ਼। ਨਰਿੰਦਰ ਕਾਂਗ ਜੀ, ਸਵਾਗਤ ਹੈ ਸਾਡੇ ਸਟੂਡੀਓ 'ਚ ਆਉਣ 'ਤੇ। ਬਹੁਤ ਮਿਹਰਬਾਨੀ ਜੀ। ਤੁਸੀਂ ਕਾਫੀ ਲੰਬੇ ਸਮੇਂ ਤੋਂ ਕਬੱਡੀ ਨੂੰ ਪ੍ਰਮੋਟ ਕਰਨ ਲਈ ਯਤਨਸ਼ੀਲ ਹੋ, ਇਹ ਦੱਸੋ ਕਿ ਕਬੱਡੀ ਨਾਲ ਮੋਹ ਕਿਵੇਂ ਪਿਆ? ਸੋਤਾ ਜੀ, ਇੱਦਾਂ ਕਿ ਜਿਹੜੀ ਪੰਜਾਬੀ ਕਬੱਡੀ ਹੈ, ਪੰਜਾਬੀਆਂ ਦੀ ਮਾਂ ਖੇਡ ਹੈਗੀ ਕਿ ਪਿੰਡਾਂ ਦੇ ਵਿੱਚੋਂ ਜਿਹੜਾ ਬੰਦਾ ਵੀ ਆ ਕੇ, ਚਾਹੇ ਪਿੰਡਾਂ 'ਚੋਂ ਸ਼ਹਿਰ ਵੱਸ ਗਏ, ਕਿਸੇ ਸ਼ਹਿਰਾਂ 'ਚੋਂ ਆ ਕੇ ਬੰਦਾ, ਕੋਈ ਐਡਮਿੰਟਨ ਵੱਸ ਗਿਆ, ਚਾਹੇ ਆਸਟ੍ਰੇਲੀਆ ਵੱਸ ਗਿਆ, ਮੈਲਬੋਰਨ, ਜਿੱਥੇ ਵੀ ਦੁਨੀਆ ਦੇ ਵਿੱਚ ਵੱਸ ਗਿਆ, ਉਹ ਹਰ ਇੱਕ ਬੰਦਾ ਮਤਲਬ ਆਪਣੇ ਪਿੰਡ ਦੇ ਗਰਾਊਂਡ ਦੇ ਵਿੱਚ ਸ਼ੁਰੂਆਤ ਉਹਦੀ ਕਬੱਡੀ ਤੋਂ ਹੀ ਹੁੰਦੀ ਹੈ, ਜੋ ਮੈਂ ਸਮਝਦਾ ਹਾਂ। ਇਸ ਕਰਕੇ ਮੇਰਾ ਵੀ ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਮੈਂ 8ਵੀਂ 9ਵੀਂ ਕਲਾਸ ਤੋਂ ਹੀ, ਜਿਹੜੇ 42 ਉਦੋਂ ਵੇਟ ਦੇ ਮੁਕਾਬਲੇ ਹੁੰਦੇ ਸੀ, 32 ਕਿਲੋ 42 ਕਿਲੋ ਦੇ ਟੂਰਨਾਮੈਂਟ ਪਿੰਡਾਂ 'ਚ ਹੁੰਦੇ ਸੀ, ਮੈਂ ਉਸ ਟਾਈਮ ਮਤਲਬ ਉਹ ਕਬੱਡੀ ਖੇਡਣੀ ਪਿੰਡ ਤੋਂ ਹੀ ਸ਼ੁਰੂ ਕੀਤੀ ਸੀ। ਬਾਕੀ ਖੇਡਾਂ ਦੇ ਮੁਕਾਬਲੇ ਅੱਜ ਕਬੱਡੀ ਕਿੱਥੇ ਕੁ ਖੜੀ ਹੈ? ਸੋਤਾ ਜੀ, ਗੱਲ ਇਹ ਹੈ ਵੀ ਜਿਵੇਂ ਕਹਿ ਦਿੰਦੇ ਹਾਂ ਕਿ ਕਬੱਡੀ ਇੱਕ ਉਹ ਖੇਡ ਹੈ ਜਿਹਦੇ ਵਾਸਤੇ ਬਹੁਤਾ ਕੁਛ ਕਰਨ ਦੀ ਸਾਨੂੰ ਉਸ ਸਮਿਆਂ ਦੇ ਵਿੱਚ ਜ਼ਰੂਰਤ ਨਹੀਂ ਸੀ, ਕਿਉਂਕਿ ਅਸੀਂ ਹੋਕੀ ਹੈ, ਵੱਡੇ ਵੱਡੇ ਸਾਨੂੰ ਜੋ ਉੱਥੇ ਇਨਫਰਾਸਟ੍ਰਕਚਰ ਹੈ ਉਹ ਖੜ੍ਹਾ ਕਰਨ ਵਾਸਤੇ ਸਾਨੂੰ ਬਹੁਤ ਕੁਛ ਵੱਡੇ ਵੱਡੇ ਗਰਾਊਂਡਾਂ ਦੀ ਉੱਤੇ ਖਰਚਾ ਕਰਨ ਦੀ ਲੋੜ ਹੈ। ਇਹ ਕਬੱਡੀ ਇੱਕ ਇਸ ਤਰ੍ਹਾਂ ਦੀ ਖੇਡ ਹੈ ਕਿ ਤੁਸੀਂ ਇੱਕ ਨੋਰਮਲ ਗਰਾਊਂਡ ਬਣਾ ਕੇ ਉਹਦੇ ਵਿੱਚ ਅਤੇ ਆਪਣੀ ਉਹਨੂੰ ਗਰਾਊਂਡ ਬਣਾ ਕੇ ਅਤੇ ਉਹਦੇ 'ਚ ਬਹੁਤ ਵਧੀਆ ਢੰਗ ਦੇ ਨਾਲ ਇਹਨੂੰ ਖੇਡ ਸਕਦੇ ਹਾਂ। ਉੱਥੇ ਸਾਡੀ ਜਿਹੜੀ ਪੰਜਾਬ ਦੀ ਜਵਾਨੀ ਹੈ ਇਹ ਬਹੁਤ ਪ੍ਰਫੁੱਲਿਤ ਹੁੰਦੀ ਹੈ। ਪਿਛਲੇ ਤੁਸੀਂ ਅਸੀਂ ਵੇਖਿਆ ਕਿ ਜਦੋਂ ਵੀ ਅਸੀਂ ਕਬੱਡੀ ਖਿਡਾਰੀਆਂ ਨਾਲ, ਕਬੱਡੀ ਪ੍ਰਮੋਟਰਾਂ ਨਾਲ ਕਬੱਡੀ ਬਾਰੇ ਗੱਲਬਾਤ ਕਰਦੇ ਹਾਂ ਅਤੇ ਅਕਸਰ ਇਹ ਕਹਿੰਦੇ ਨੇ ਕਬੱਡੀ ਸਾਡੀ ਮਾਂ ਖੇਡ ਹੈ, ਪਰ ਇਹ ਮਾਂ ਦੀ ਚੁੰਨੀ ਨੂੰ ਦਾਗ ਲਾਉਣ ਦਾ ਯਤਨ ਕੀਤਾ ਜਾ ਰਿਹਾ ਜਦੋਂ ਇਹ ਨਸ਼ਿਆਂ ਦੇ ਚੱਕਰ 'ਚ ਪੈ ਜਾਂਦੇ ਨੇ। ਜੋ ਖਬਰਾਂ ਆ ਰਹੀਆਂ ਨੇ ਸਾਨੂੰ ਪੰਜਾਬ 'ਚ ਜੋ ਕਬੱਡੀ ਟੂਰਨਾਮੈਂਟ ਹੋਏ ਸਨ, ਚਾਹੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਚਾਹੇ ਹੋਰ ਰਾਜ ਪੱਧਰ ਦੇ ਟੂਰਨਾਮੈਂਟ, ਨਸ਼ਿਆਂ ਦਾ ਕਾਫੀ ਰੁਝਾਨ ਵੇਖਣ ਨੂੰ ਮਿਲਿਆ ਜੋ ਉੱਥੇ ਦਾ ਮੀਡੀਆ ਦੱਸ ਰਿਹਾ। ਇਸ ਵਿੱਚ ਕਿੰਨਾ ਕੁ ਸੱਚ ਤੇ ਵਾਕਿਆ ਹੀ ਕਬੱਡੀ ਖਿਡਾਰੀ ਇਸੇ ਤਰ੍ਹਾਂ ਸ਼ਰੇਆਮ ਨਸ਼ੇ ਕਰਦੇ ਨੇ? ਬਸੋਤਾ ਸਾਹਿਬ, ਬਹੁਤ ਤੁਸੀਂ ਜਾਇਜ਼ ਸਵਾਲ ਜਿਹੜਾ ਕੀਤਾ ਪੰਜਾਬ ਦੀ ਜਵਾਨੀ ਬਾਰੇ ਕੀਤਾ, ਇਹਦੇ 'ਚ ਕੋਈ ਰਾਏ ਨਹੀਂ। ਇਹ ਰੁਝਾਨ ਕਿਵੇਂ ਵਧਿਆ? ਜਦੋਂ ਕਿ ਖਿਡਾਰੀਆਂ ਨੂੰ ਜਿਵੇਂ ਕਹਿੰਦੇ ਆ ਕਬੱਡੀ ਕੱਖਾਂ ਤੋਂ ਲੱਖਾਂ ਦੀ ਹੋ ਗਈ ਹੈ, ਇਹਦੇ ਬਹੁਤ ਵੱਡੇ ਕਾਰਨ ਸੀ ਕਿ ਜਿਹੜੀਆਂ ਕੁਛ ਫੈਡਰੇਸ਼ਨਾਂ ਸੀ, ਇਹ ਆ ਕੁਛ ਇੱਦਾਂ ਦੇ ਕਲੱਬ ਸੀ, ਇਹ ਆ ਸਾਡੇ ਕੋਚ ਟ੍ਰੇਨਰ, ਉਹਦੇ ਵਿੱਚ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ, ਉਹਨਾਂ ਦੇ ਕੁਛ ਦੀ ਇਹ ਹੋ ਗਿਆ ਕਿ ਟੀਮ ਦੀ ਪਰਫੋਰਮੈਂਸ ਤੋਂ ਬਾਅਦ ਉਸ ਟੀਮ ਲਈ ਜਾਂ ਉਸ ਕੋਚ ਦੇ ਲਈ ਵੱਡੇ ਵੱਡੇ ਪ੍ਰਾਈਜ਼ ਰੱਖੇ ਜਾਂਦੇ ਆ। ਕਿਸੇ ਨੂੰ ਫੋਰਡ ਟਰੈਕਟਰ ਦੇ ਦਿਉ, ਕਿਸੇ ਨੂੰ ਨੁਕਰੀ ਘੋੜੀ ਦੇ ਦਿਉ, ਉਹ ਆਪਣੇ ਇਸ ਚੱਕਰ ਦੇ ਵਿੱਚ, ਕਿਉਂਕਿ ਉੱਥੇ ਕੋਈ ਨਾਡਾ ਜਾਂ ਵਾਡਾ ਦਾ ਡੋਪ ਟੈਸਟ ਤਾਂ ਬਸੋਤਾ ਸਾਹਿਬ ਹੁੰਦਾ ਨਹੀਂ, ਅਤੇ ਜਦੋਂ ਉਹ ਟੈਸਟ ਨਹੀਂ ਹੁੰਦਾ ਅਤੇ ਖਿਡਾਰੀ ਕਿਸੇ ਵੀ ਰੰਗ ਦੇ ਵਿੱਚ, ਉਹਨੂੰ ਕੋਚ ਵੀ ਟ੍ਰੇਨਰ ਵੀ ਕਹਿੰਦਾ ਕਿ ਆਪਣੀ ਟੀਮ ਹੈ ਅਤੇ ਉਹ ਆਪਣੀ ਫਸਟ ਆਉਣੀ ਚਾਹੀਦੀ ਹੈ, ਜਦੋਂ ਟੀਮ ਅਤੇ ਕਲੱਬ ਦਾ ਨਾਂ ਚਮਕਦਾ ਤਾਂ ਦੂਜਾ ਜਿਹੜਾ ਆਮ ਨੋਰਮਲ ਖਿਡਾਰੀ ਆਪਣੇ ਹਿੱਕ ਦੇ ਜ਼ੋਰ ਨਾਲ ਖੇਡਦਾ ਅਤੇ ਜਿਵੇਂ ਉਹ ਨਸ਼ੇ ਵਾਲਾ ਖਿਡਾਰੀ ਖੇਡਦਾ, ਉਸ ਦੇ ਵਿੱਚ ਕਿਤੇ ਨਾ ਕਿਤੇ ਉਹਦੇ ਜਿਹੜੀ ਐਨਰਜੀ ਹੈ ਉਹ ਜ਼ਿਆਦਾ ਆ ਜਾਂਦੀ ਹੈ। ਇਸ ਕਰਕੇ ਜਿਹੜਾ ਰੁਝਾਨ ਹੈ, ਅਸੀਂ ਤਾਂ ਪਰਮਾਤਮਾ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਵੀ ਪ੍ਰਮੋਟਰ, ਕੋਚ, ਸਰਕਾਰ ਦੇ ਪ੍ਰਸ਼ਾਸਨ ਦੇ ਦਾਇਰੇ ਦੇ ਵਿੱਚ, ਜਿਨ੍ਹਾਂ ਨੂੰ ਖਿਡਾਰੀਆਂ ਨੂੰ ਵੀ ਇਸ ਚੀਜ਼ ਦਾ ਪਤਾ, ਇਹਨੂੰ ਰੋਕਣ ਦਾ ਤੁਹਾਡੇ ਹੱਥ ਵਿੱਚ ਹੀ ਸਭ ਕੁਛ ਹੈ, ਸਾਰਾ ਕੁਛ ਡਿਪੈਂਡ ਨਾ ਹੋ। ਨਸ਼ਿਆਂ ਦੇ ਵੱਧ ਰਹੇ ਰੁਝਾਨ ਲਈ ਕੌਣ ਜ਼ਿੰਮੇਵਾਰ ਹੈ? ਪ੍ਰਮੋਟਰ, ਕਬੱਡੀ ਖਿਡਾਰੀ ਜਾਂ ਸਰਕਾਰ? ਇਸ ਦੇ ਵਿੱਚ ਇਹ ਹੈ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪ੍ਰਮੋਟਰ, ਮੈਂ ਸੋਚਦਾ ਅਗਰ ਪ੍ਰਮੋਟਰ ਦੀ ਇੱਕ ਜ਼ਿੰਮੇਵਾਰੀ ਹੈ, ਹੁਣ ਮੈਂ ਪ੍ਰਮੋਟਰ ਹੈ, ਮੈਂ ਪ੍ਰਮੋਟਰ ਸਿਰਫ ਇਸ ਲਈ ਨਹੀਂ ਹੈਗਾ ਕਿ ਮੈਂ ਕਹਾਂ ਤੂੰ ਡਰੱਗ, ਮੈਂ ਤੇਰਾ ਆਸਟ੍ਰੇਲੀਆ ਦਾ, ਨਿਊਜ਼ੀਲੈਂਡ ਦਾ ਵੀਜ਼ਾ ਲਵਾਉਂਗਾ, ਸਾਡੇ NRI ਵੀਰ ਵਿਦੇਸ਼ਾਂ ਦੇ ਵਿੱਚ ਪੰਜਾਬ ਦੀ ਧਰਤੀ ਤੋਂ ਚੱਲ ਕੇ ਆਏ ਹੈ, ਹੱਡ ਭੰਨ ਵੀ ਮਿਹਨਤ ਕਰਦੇ ਹੈ, ਉਹ ਇੱਥੇ ਆ ਕੇ ਕਿਸੇ ਨਾ ਕਿਸੇ ਚੱਕਰ ਦੇ ਵਿੱਚ ਆਪਣੇ ਵੀ ਪਿੰਡ ਦੇ ਮੈਂ 2 ਖਿਡਾਰੀ ਤਿਆਰ ਕਰ ਲਾਂ, ਇਹ ਆਪਣੇ ਪਿੰਡ ਖੇਡ ਮੇਲਾ ਕਰਾ ਕੇ ਪਿੰਡ ਦੇ ਬੱਚਿਆਂ ਨੂੰ ਉਤਸ਼ਾਹਿਤ ਕਰਨਾ, ਉਹਨਾਂ ਨੂੰ ਉੱਥੇ ਪਤਾ ਨਹੀਂ ਹੁੰਦਾ ਵਿਚਾਰਿਆਂ ਨੂੰ ਕੀ ਹੋ ਰਿਹਾ, ਉਹ ਹੱਡ ਭੰਨ ਵੀ ਮਿਹਨਤ ਦੇ ਨਾਲ ਪਿੰਡਾਂ ਦੇ ਵਿੱਚ ਖੇਡ ਮੇਲੇ ਕਰਾਉਂਦੇ ਹੈ, ਲੇਕਿਨ ਉੱਥੇ ਸਿਸਟਮ ਉਹੀ ਹੈ। ਮੈਂ ਤੁਹਾਨੂੰ ਅਖੀਰ ਮੁੱਕਦੀ ਗੱਲ ਇਹੀ ਕਰਨਾ ਹੈ ਕਿ ਸਰਕਾਰਾਂ ਦੇ ਪ੍ਰਸ਼ਾਸਨ ਦਾ ਸੰਬੰਧਿਤ ਜਿਹੜਾ ਥਾਣੇ ਦਾ SHO ਹੈ, ਜ਼ਿਲ੍ਹੇ ਦਾ SSP ਹੈ, ਡਿਪਟੀ ਕਮਿਸ਼ਨਰ ਹੈ, ਇਨਕਲੂਡਿੰਗ ਜਿਹੜਾ ਕੰਸਟੀਚੁਐਂਸੀ ਦਾ MLA ਜਾਂ MP ਹੈ, ਉਹਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਉਹ ਲੋਕਾਂ ਦੀਆਂ ਵੋਟਾਂ ਦੇ ਸਹਿਯੋਗ ਨਾਲ ਬਣਿਆ ਹੁੰਦਾ ਹੈ। ਜਦੋਂ ਕਿਸੇ ਦਾ ਘਰ ਇੱਕ ਪੁੱਤ ਨਸ਼ੇ ਦੇ ਵਿੱਚ ਲੱਗ ਜਾਂਦਾ, ਘਰ ਉੱਜੜ ਜਾਂਦਾ, ਅਤੇ ਸਾਨੂੰ ਵੀ ਸਮਝ ਨਹੀਂ ਆ ਰਹੀ ਕਿ ਸਭ ਦੁਨੀਆ ਜਾਣਦੀ ਹੈ, ਲੇਕਿਨ ਕਈ ਵਾਰ ਇਸ ਤਰ੍ਹਾਂ ਹੁੰਦਾ ਕਿਸੇ ਮਜ਼ਬੂਰੀਆਂ ਕਰਕੇ ਕੋਈ ਬੰਦਾ ਨਹੀਂ ਬੋਲਦਾ ਤਾਂ ਅਲੱਗ ਗੱਲ ਹੈ, ਲੇਕਿਨ ਹਰ ਮੀਡੀਆ ਨੇ ਬਿਲਕੁਲ ਇਹ ਜਿਹੜੀ ਪਰਤ ਹੈ ਬਿਲਕੁਲ ਖੋਲ੍ਹ ਦਿੱਤੀ ਹੈ ਨਸ਼ੇ ਬਾਰੇ। ਤੁਸੀਂ ਕਿਹਾ ਕਿ ਕਬੱਡੀ ਪਹਿਲਾਂ ਕੱਖਾਂ ਦੀ ਸੀ, ਹੁਣ ਲੱਖਾਂ ਦੀ ਹੋ ਗਈ, ਅਤੇ ਲੱਖਾਂ ਦੇ ਇਨਾਮ ਦਿੱਤੇ ਜਾਂਦੇ ਨੇ, ਕਿਸੇ ਨੂੰ ਟਰੈਕਟਰ ਦਿੱਤਾ ਜਾਂਦਾ, ਕਿਸੇ ਨੂੰ ਕਾਰ ਦਿੱਤੀ ਜਾਂਦੀ ਹੈ, ਪਰ ਇਹ ਇਨਾਮ ਕੇਵਲ ਐਲਾਨੇ ਹੀ ਜਾਂਦੇ ਆ ਜਾਂ ਦਿੱਤੇ ਵੀ ਜਾਂਦੇ ਆ? ਕਿਉਂਕਿ ਪਿਛਲੇ ਦਿਨ ਹੀ ਅਖਬਾਰਾਂ ਦੇ ਵਿੱਚ ਆਇਆ ਜੋ ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਕਰਵਾਇਆ ਸੀ,
ਖਿਡਾਰੀ ਨੂੰ ਇਨਾਮ ਤਾਂ ਕੀ ਦੇਣੇ ਆ, ਜਿੱਥੇ ਠਹਿਰੇ ਹੋਏ ਸੀ ਉਹਨਾਂ ਦੇ ਹੋਟਲਾਂ ਦੇ ਬਿੱਲ ਹੀ ਨਹੀਂ ਪੇ ਕੀਤੇ ਸਰਕਾਰ ਨੇ। ਬਸੋਤਾ ਸਾਹਿਬ ਇਹ ਗੱਲ ਇਹ ਆ, ਜਦੋਂ ਇਹ ਵਰਲਡ ਕਬੱਡੀ ਦਾ ਸੀਜ਼ਨ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਮਚਿਓਰ ਸਰਕਲ ਕਬੱਡੀ ਫੈਡਰੇਸ਼ਨ ਆਫ ਇੰਡੀਆ ਵੱਲੋਂ, ਜਿਹਦਾ ਮੈਂ ਇਸ ਟਾਈਮ ਸੀਨੀਅਰ ਵਾਈਸ ਪ੍ਰਧਾਨ ਹੈ, ਅਸੀਂ ਵੀ ਪਾਕਿਸਤਾਨ ਦੇ ਜਿਹੜੇ ਮੈਚ ਹੈ, ਤੁਸੀਂ ਉਸ ਟਾਈਮ ਉੱਥੇ ਸੀ ਇੰਡੀਆ ਦੇ ਵਿੱਚ, ਅਸੀਂ ਪੰਜਾਬ ਦੇ ਵਿੱਚ 18 ਮੈਚ ਕਰਾਏ ਸੀ ਪਾਕਿਸਤਾਨ ਦੀ ਟੀਮ ਲਾ ਕੇ, ਉਦੋਂ ਕੋਈ ਵਰਲਡ ਕੱਪ ਸ਼ੁਰੂ ਨਹੀਂ ਸੀ ਹੋਇਆ। ਉਸ ਤੋਂ ਬਾਅਦ ਸਾਨੂੰ ਰੋਪੜ ਡਿਸਟ੍ਰਿਕਟ ਦੀ ਜਿਹੜੀ ਮੇਰੀ ਮਿਸਿਸ ਦਲਜੀਤ ਕੌਰ ਕੰਗ ਨੂੰ ਚੇਅਰਮੈਨੀ ਕਰਨ ਦਾ ਮੇਰੇ ਐਜ਼ ਏ ਖੇਡ ਪ੍ਰਮੋਟਰ ਹੋਣ ਦੇ ਨਾਂ 'ਤੇ, ਅਤੇ ਉੱਥੇ ਸਾਨੂੰ ਮਾਣ, ਜਦੋਂ ਅਸੀਂ ਉੱਥੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇੱਕ ਮੀਟਿੰਗ ਸਿੱਧੀ, ਉਦੋਂ ਡਾਕਟਰ ਪਰਮਾਰ ਉੱਥੋਂ ਦੇ ਪ੍ਰਧਾਨ ਹੁੰਦੇ ਸੀ ਰੋਪੜ ਸ਼ਹਿਰ ਦੇ, ਜਦੋਂ ਸਾਡੀ ਮੀਟਿੰਗ ਸਿੱਧੀ ਅਤੇ ਸਾਨੂੰ ਇਹ ਸਵਾਲ ਕੀਤਾ ਵੀ ਕੰਗ ਸਾਹਿਬ ਤੁਸੀਂ ਆਪਣਾ ਕੋਈ ਦੱਸੋ ਕੋਈ ਕਿੱਦਾਂ ਕਰੀਏ ਆਪਾਂ, ਕਿਉਂਕਿ ਆਪਾਂ ਨੇ ਮੈਚ ਹੈ ਜਿਹੜਾ ਇਹ ਰੋਪੜ ਦੇ ਵਿੱਚ ਕਰਾਉਣਾ। ਬਸੋਤਾ ਸਾਹਿਬ ਗੱਲ ਮੁੱਕਦੀ ਇਹ ਸੀ ਉੱਥੇ ਕਿ ਉਹ ਮੈਚ ਦੇ ਨਾਲ ਪਬਲਿਸਿਟੀ ਪੋਲੀਟੀਕਲ ਫਾਇਦਾ ਲੈਣ ਵਾਸਤੇ ਸੀਗੀ, ਨਾ ਕਿ ਕੋਈ ਹੋਰ ਗੱਲ ਸੀ। ਮੈਂ ਉਸ ਮੈਚ ਤੋਂ, ਮਤਲਬ ਉਸ ਮੀਟਿੰਗ ਤੋਂ, ਮੈਂ ਜਦੋਂ ਮੈਨੂੰ ਪਤਾ ਲੱਗਿਆ ਕਿ ਪਲੇਅਰਾਂ ਦੀ ਸਿਲੈਕਸ਼ਨ ਕਿੱਦਾਂ ਹੋਣੀ ਹੈ, ਤੁਸੀਂ ਮੀਡੀਆ ਨੂੰ ਬੁਲਾਓ, ਪੇਪਰ 'ਚ ਐਡ ਦਿਓ ਸਾਹਮਣੇ, ਮਤਲਬ ਪਲੇਅਰਾਂ ਨੂੰ ਜਿਹੜਾ ਵੱਧ ਪੁਆਇੰਟ ਲੈਂਦਾ, ਜਾਫੀ ਕਿੰਨੇ ਪੁਆਇੰਟ ਲੈਂਦਾ, ਕਿੰਨੀਆਂ ਰੇਡਾਂ 'ਤੇ ਕਿੰਨੇ ਜੱਫੇ ਲੱਗਦੇ ਹੈ, ਤੁਸੀਂ ਬਿਲਕੁਲ ਪਾਰਦਰਸ਼ੀ ਨਾਲ ਉਸ ਨੂੰ ਕੰਮ ਕਰੋ। ਇਹ ਨਹੀਂ ਕਿ ਤੋ ਫੋਨ ਆ ਗਿਆ ਜੀ ਸੰਗਰੂਰ ਤੋਂ, ਇਹ ਪਲੇਅਰ ਨੂੰ ਇਹਦੇ ਵਿੱਚ ਖੇਡ। ਪਰ ਮੇਰੇ ਸਵਾਲ ਦਾ ਜਵਾਬ ਹਜੇ ਨਹੀਂ ਆਇਆ। ਮੇਰਾ ਸਵਾਲ ਸੀ ਵੀ ਇਹ ਸਰਕਾਰਾਂ ਨੇ ਜੋ ਇਨਾਮ ਐਲਾਨੇ ਸਨ, ਇਹ ਵਾਕਈ ਦਿੱਤੇ ਨਹੀਂ ਗਏ? ਬਸੋਤਾ ਸਾਹਿਬ ਮੈਂ ਉੱਥੇ ਹੀ ਆਉਣ ਲੱਗਿਆ, ਮੇਰਾ ਮੀਟਿੰਗ ਤੋਂ ਬਾਹਰ ਜਾਣ ਦਾ ਮਕਸਦ ਇਹੀ ਸੀ। ਜਦੋਂ ਉਹਦੇ ਵਿੱਚ ਕੁਛ ਰਾਸ਼ੀ ਤੈਅ ਹੋ ਰਹੀ ਸੀ ਬੰਦਿਆਂ ਨੂੰ ਕਿੱਥੇ ਠਹਿਰਾਉਣਾ ਜੀ, ਉਹਨਾਂ ਨੇ ਕੀ ਕੀਤਾ ਜੀ, ਡਿਪਟੀ ਕਮਿਸ਼ਨਰ ਦੀ ਡਿਊਟੀ ਲਾਤੀ, SSP ਦੀ ਡਿਊਟੀ ਲਾਤੀ, DDPO ਦੀ ਡਿਊਟੀ ਲਾਤੀ, ਉਹਨਾਂ ਨੇ ਕੋਈ ਬੰਦਾ ਫੜਿਆ ਕਿ ਤੁਸੀਂ ਆਪਣਾ, ਤੁਹਾਨੂੰ 5 ਪਲੇਅਰ ਆਉਣਗੇ ਆਪਣੇ ਹੋਟਲ 'ਚ ਠਹਿਰਾ ਦਿਓ। ਲੇਕਿਨ ਉਹਨਾਂ ਨੂੰ ਤਾਂ ਵਿਸ਼ਵਾਸ ਸੀ ਕਿ ਜਿਹੜੀ ਸਰਕਾਰ ਹੈ, ਸਰਕਾਰ ਦਾ ਇੱਕ ਜ਼ਿੰਮੇਵਾਰ ਬੰਦਾ ਬਲਾਕ ਡਿਵੈਲਪਮੈਂਟ ਅਫਸਰ ਜਾਂ ਡਿਸਟ੍ਰਿਕਟ ਡਿਵੈਲਪਮੈਂਟ ADC ਜਨਰਲ, ਉਹ ਜ਼ਿੰਮੇਵਾਰੀ ਲੈ ਰਿਹਾ ਕਿ ਅਸੀਂ ਤਾਂ ਇਹ ਸਾਨੂੰ ਪੇ ਕਰਨਗੇ ਸਰਕਾਰ ਦੇ ਨੁਮਾਇੰਦੇ ਹਾਂ, ਨਾਲ ਇੱਕ ਪੁਲਿਸ ਥਾਣੇ ਦੇ ਵੀ 2 ਬੰਦੇ ਸੀ। ਲੇਕਿਨ ਇਹ ਬਿਲਕੁਲ ਮੀਡੀਆ ਦੇ ਵਿੱਚ ਜ਼ਾਹਰ ਹੋਇਆ, ਕੁਛ ਪਲੇਅਰਾਂ ਨੂੰ ਨਾ ਤਾਂ ਬਣ ਦੀ ਰਾਸ਼ੀ ਮਿਲੀ ਹੈ, ਨਾ ਹੀ ਜਿਹੜੇ ਬਿਜ਼ਨਸਮੈਨ ਬੰਦੇ ਸੀ ਕਾਰੋਬਾਰ ਕਰਦੇ ਸੀ ਹੋਟਲਾਂ ਵਾਲੇ, ਉਹਨਾਂ ਨੂੰ ਪੇਮੈਂਟਾਂ ਨਹੀਂ ਹੋਈਆਂ। ਅਤੇ ਨਾਲ ਦੀ ਨਾਲ ਜਿਹੜਾ ਇਹ ਜ਼ਿਆਦਾ ਤੋਂ ਜ਼ਿਆਦਾ ਇਹ ਸਿਸਟਮ ਹੋਇਆ ਕਿ ਖਿਡਾਰੀਆਂ ਨੂੰ ਆਪਣੇ ਬਣਦੇ ਹੱਕ, ਜਿਵੇਂ ਖਿਡਾਰੀਆਂ ਨਾਲ ਵਾਅਦੇ ਕੀਤੇ ਗਏ ਸੀਗੇ ਕਿ ਤੁਸੀਂ ਵਰਲਡ ਕਬੱਡੀ ਕੱਪ ਦੇ ਵਿੱਚ ਖੇਡੋ, ਤੁਹਾਨੂੰ ਉੱਥੇ ਅਪੁਆਇੰਟ ਕਰ ਦਿੱਤਾ ਜਾਏਗਾ, ਨੌਕਰੀ ਦਿੱਤੀ ਜਾਊਗੀ, ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਜ਼ਿਆਦਾ ਸਿਸਟਮ ਨਹੀਂ ਬਣਿਆ। ਅਤੇ ਇਹਨਾਂ ਲਈ ਟੋਟਲੀ ਸਰਕਾਰਾਂ ਜ਼ਿੰਮੇਵਾਰ ਆ ਸਮੇਂ ਦੀਆਂ, ਜੋ ਇਸ ਖੇਡ ਦੇ ਨੂੰ ਯੂਜ਼ ਕਰਕੇ ਆਪਣਾ ਪੋਲੀਟੀਕਲ ਜਿਹੜਾ ਹੈ ਸਿਸਟਮ ਉਹਨੂੰ ਚੱਕਣਾ ਚਾਹੁੰਦੇ। ਹੁਣ ਕਬੱਡੀ ਪ੍ਰਮੋਟਰਾਂ ਦੀ ਗੱਲ ਕਰਦੇ ਹਾਂ, ਅਤੇ ਵਧੀਆ ਗੱਲ ਹੈ ਕਿ ਕਬੱਡੀ ਪ੍ਰਮੋਟਰ ਕਬੱਡੀ ਨੂੰ ਪ੍ਰਫੁੱਲਤ ਕਰਨ ਦੇ ਲਈ ਯਤਨਸ਼ੀਲ ਨੇ। ਪਰ ਪਿਛਲੇ ਦਿਨੀ ਇੱਕ ਹੋਰ ਆਵਾਜ਼ ਉੱਠੀ ਹੈ ਕਬੱਡੀ ਪ੍ਰਮੋਟਰਾਂ ਦੇ ਵਿਰੁੱਧ ਕਿ ਜਦੋਂ ਇਹ ਵਿਦੇਸ਼ਾਂ 'ਚ ਕਬੱਡੀ ਖਿਡਾਰੀ ਲੈ ਕੇ ਆਉਂਦੇ ਨੇ, ਖਿਡਾਰੀ ਕੱਢ ਅਤੇ ਕਬੂਤਰ ਜ਼ਿਆਦਾ ਲੈ ਕੇ ਆਉਂਦੇ ਨੇ। ਇਹ ਵੀ ਗੱਲ ਤੁਹਾਡੀ ਬਿਲਕੁਲ ਠੀਕ ਹੈ, ਅਸੀਂ ਤੁਹਾਨੂੰ ਇਸ ਬਾਰੇ ਦੱਸ ਦੇਣਾ ਚਾਹੁੰਦੇ ਹਾਂ। ਮੈਂ ਬੇਨਤੀ ਕਰੂੰਗਾ ਜਿਹੜੇ ਬੰਦੇ ਬਾਹਰ ਪ੍ਰਮੋਟਰ, ਉਹਨਾਂ ਨੂੰ ਸਾਡੇ ਕੁਛ ਉੱਥੇ ਦੇ ਇੱਕ ਬੰਦਿਆਂ ਨੇ ਕਿਸੇ ਲਾਈਨ ਦੇ ਵਿੱਚ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ, ਉਹਨਾਂ ਨੂੰ ਨਾ ਤਾਂ ਕਬੱਡੀ ਤੱਕ ਪਤਾ, ਨਾ ਉਹਨਾਂ ਨੂੰ ਗਰਾਊਂਡ ਦੀ ਬਾਉਂਡਰੀ ਦਾ ਪਤਾ ਕਿ 75 ਫੁੱਟ ਕੀ ਹੁੰਦਾ, ਨਾ ਉਹਨਾਂ ਨੂੰ ਜਿਹੜਾ ਰੇਡ ਦਾ ਡਿਸਟੈਂਸ ਹੈਗਾ, ਰੇਡ ਦਾ ਟਾਈਮ ਹੈ ਕਿ 30 ਸੈਕਿੰਡ ਦੀ ਰੇਡ ਹੈ, ਨਾ ਤਾਂ ਉਹਦੇ ਬਾਰੇ ਨੌਲੇਜ ਹੈ, ਨਾ ਹੀ ਉਹਨਾਂ ਪ੍ਰਮੋਟਰਾਂ ਨੂੰ ਇਹ ਪਤਾ ਕਿ ਜਿਹੜੀ ਢੇਰੀ ਹੈ ਜਿਹਨੂੰ ਆ ਕੇ ਜਾਫੀ ਹੱਥ ਲਾਉਂਦਾ ਉਹ ਕਿੰਨੀ ਦੂਰੀ 'ਤੇ ਹੋਣਾ ਚਾਹੀਦਾ। ਉਹਨਾਂ ਦਾ ਮਕਸਦ ਇੱਕ ਹੀ ਹੈ ਕਿ ਉਹਨਾਂ ਨੇ ਕੁਛ ਬੰਦਿਆਂ ਨੇ ਆਪਣਾ ਬਿਜ਼ਨਸ ਬਣਾਉਣ ਦੇ ਚੱਕਰ 'ਚ ਉੱਥੇ ਖਿਡਾਰੀਆਂ ਦੀ ਬੱਲੇ ਬੱਲੇ ਕਰਾ ਕੇ ਉਹਨਾਂ ਦੀ ਪੇਪਰਾਂ 'ਚ ਫੋਟੋਆਂ ਲਵਾਤੀਆਂ, ਫੋਟੋਆਂ ਲਵਾਉਣ ਤੋਂ ਬਾਅਦ ਬਾਹਰਲੇ ਬੰਦੇ ਸਾਡੇ ਜਿਹੜੇ ਇੱਥੇ ਹੱਡ ਭੰਨ ਵੀ ਮਿਹਨਤ ਕਰਦੇ ਆ ਉਹਨਾਂ ਨੂੰ ਕਹਿ ਤੋ ਬਾਈ ਜੀ ਬਹੁਤ ਤਕੜਾ ਪਲੇਅਰ ਆ, ਤੁਸੀਂ ਇਹਨੂੰ ਸਪੋਂਸਰ ਕਰ ਲਓ। ਲੇਕਿਨ ਉਹ ਹੁੰਦਾ ਕੁਛ ਹੋਰ ਹੈ, ਜੈਨੂਅਨ ਕੁਛ, ਮਤਲਬ ਗੱਲ ਕੁਛ ਹੋਰ ਹੈ। ਮੇਰੇ ਕਹਿਣ ਤੋਂ ਭਾਵ ਹੈ ਕਿ ਬਹੁਤ ਸਾਰੇ ਸਾਡੇ ਵੀਰ ਇਸ ਤਰ੍ਹਾਂ ਦੇ ਖਿਡਾਰੀ ਹੈ ਜਿਹੜੇ ਆਪਣੇ ਹਿੱਕ ਦੇ ਜ਼ੋਰ ਦੇ ਖੇਡਣ ਵਾਲੇ, ਉਹਨਾਂ ਨੂੰ ਇਸ ਤਰ੍ਹਾਂ ਦਾ ਮੌਕਾ ਨਹੀਂ ਮਿਲਦਾ। ਤੁਸੀਂ ਕਬੱਡੀ ਤੋਂ ਇਲਾਵਾ ਵਾਤਾਵਰਣ ਨੂੰ ਸ਼ੁੱਧ ਕਰਨ ਦੇ ਲਈ ਵੀ ਜੁਟੇ ਹੋਏ ਹੋ, ਇਸ ਸੰਬੰਧ ਦੇ ਵਿੱਚ ਕੀ ਕੁਛ ਕੀਤਾ ਹੁਣ ਤੱਕ? ਅਸਲੀ ਤੁਸੀਂ ਜਾਣਦੇ ਹੀ ਹੋ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਜੀ, ਜਿਨ੍ਹਾਂ ਨੂੰ ਪਦਮ ਸ਼੍ਰੀ ਵੀ ਭਾਰਤ ਸਰਕਾਰ ਨੇ ਉਹਦੇ ਨਾਲ ਨਵਾਜਿਆ ਪਦਮ ਸ਼੍ਰੀ ਦੇ ਨਾਲ। ਸਾਨੂੰ ਵੀ ਉਹਨਾਂ ਦੇ ਨੇੜੇ ਹੋਣ ਦਾ ਮੌਕਾ ਮਿਲਿਆ ਮੋਹਾਲੀ ਚੰਡੀਗੜ੍ਹ 'ਚ, ਉਹਨਾਂ ਨੇ ਸਾਨੂੰ ਸਪੈਸ਼ਲ ਦੇਖ ਕੇ ਕਿ ਅਸੀਂ ਕੁਛ ਨਾ ਕੁਛ ਸਮਾਜ ਲਈ ਕਰ ਰਹੇ ਹਾਂ, ਉਹਨਾਂ ਨੇ ਸਾਨੂੰ ਉੱਥੇ ਸਨਮਾਨਿਤ ਵੀ ਕੀਤਾ। ਸਾਡਾ ਉਹਨਾਂ ਨਾਲ ਜੁੜਨ ਦੇ ਮੁਹਿੰਮ ਦੇ ਨਾਲ ਵੱਡਾ ਕਾਰਨ ਇਹ ਸੀ ਵੀ ਜਿੱਥੇ ਇੱਕ ਖਿਡਾਰੀ ਨੂੰ ਘਿਓ ਦੀ ਜ਼ਰੂਰਤ ਹੈ, ਬਦਾਮਾਂ ਦੀ ਜ਼ਰੂਰਤ ਹੈ, ਉੱਥੇ ਇੱਕ ਬਹੁਤ ਵਧੀਆ ਜਿਹੜਾ ਇਨਵਾਇਰਮੈਂਟ ਹੈ, ਵਾਤਾਵਰਨ ਹੈ ਕਿ ਸਾਨੂੰ ਹਵਾ ਗਰਾਊਂਡਾਂ 'ਚੋਂ ਕਿੱਦਾਂ ਦੀ ਮਿਲਦੀ ਹੈ, ਉਹ ਵੀ ਉਸ ਤੋਂ ਜ਼ਰੂਰੀ ਹੈ। ਸਾਡਾ ਜੋੜਨ ਦਾ ਕਾਰਨ ਇਹ ਸੀ, ਅਸੀਂ ਇਸੇ ਸੰਬੰਧ ਦੇ ਵਿੱਚ ਹੁਣ ਜਿੱਥੇ ਵੀ ਗਰਾਊਂਡ 'ਚ ਸਾਨੂੰ ਕੋਈ ਕਲੱਬ ਆ ਕੋਈ ਬੁਲਾਉਂਦਾ, ਸਾਡਾ ਮੇਨ ਮਕਸਦ ਇਹੀ ਹੁੰਦਾ ਕਿ ਗਰਾਊਂਡ ਦੇ ਵਿੱਚ ਜਿਹੜੇ ਬੂਟੇ ਨੇ ਉਹ ਲਗਾਉਣੇ ਆ, ਤਾਂ ਕਿ ਸਾਡੇ ਜਿਹੜੇ ਖਿਡਾਰੀ ਖੇਡਦੇ ਨੇ ਉਹਨਾਂ ਨੂੰ ਨਰੋਆ ਸਮਾਜ ਸਿਰਜਣ ਦੇ ਲਈ ਜਿੱਥੇ ਖੁਰਾਕ ਦੀ ਲੋੜ ਹੈ ਉੱਥੇ ਵਧੀਆ ਸ਼ੁੱਧ ਪੌਣ ਪਾਣੀ ਅਤੇ ਹਵਾ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ। ਇਸ ਵੇਲੇ TV 'ਤੇ ਜੋ ਸਰੋਤੇ ਤੁਹਾਨੂੰ
ਵੇਖ ਰਹੇ ਨੇ ਸੁਣ ਰਹੇ ਨੇ, ਇਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਇਹਨਾਂ ਸਰੋਤਿਆਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਸਭ ਤੋਂ ਵੱਧ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਇੱਥੇ ਬੈਠੀ ਹੈ, ਕਿਉਂਕਿ ਮੈਨੂੰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿਹੜਾ ਇਹ ਟੂਰ ਹੈ ਮੈਨੂੰ ਕਾਫੀ ਲਾਉਣ ਦਾ ਮੌਕਾ ਮਿਲਿਆ, ਸੋ ਮੈਂ ਪੰਜਾਬੀਆਂ ਨੂੰ ਇੰਨੀ ਕੁ ਗੱਲ ਕਹਿਣਾ ਕਿ ਪੰਜਾਬੀਆਂ ਨੂੰ ਉਹ ਜਿਵੇਂ ਇੱਕ ਗੂੰਗੇ ਬੰਦੇ ਨੂੰ ਉਹਨੇ ਸਾਰੇ ਪਾਸੇ ਇੱਕ ਪੰਜਾਬੀ, ਜੇ ਮੈਂ ਲਫ਼ਜ਼ ਕਹਿ ਦਵਾਂ ਵੀ ਆਪਾਂ ਕਹਿ ਦਿੰਦੇ ਹਾਂ ਵੀ ਗਾਹ ਪਾ ਰੱਖਿਆ, ਅਤੇ ਉਹਨਾਂ ਨੂੰ ਨਾ ਬੋਲੀ ਜਾਣਦੇ ਹੋਏ ਉਹਨਾਂ ਨੇ ਆਪਣੇ ਕਾਰੋਬਾਰ, ਆਪਣੀਆਂ ਮਿਹਨਤਾਂ, ਹੱਡ ਭੰਨ ਦੀਆਂ ਮਿਹਨਤਾਂ ਦੇ ਨਾਲ ਡਾਲਰ ਕਮਾ ਕੇ ਜਿੱਥੇ ਆਪਣਾ ਇੱਥੇ ਬਹੁਤ ਮਜਬੂਰੀ ਦੇ ਵਿੱਚ ਆਪਣਾ ਪਰਿਵਾਰ ਦਾ ਪੇਟ ਪਾਲਦੇ ਨੇ, ਉਹ ਫਿਰ ਵੀ ਪੰਜਾਬ ਦੀ ਧਰਤੀ ਨੂੰ ਹਰ ਨਮ ਸਮਰਪਿਤ ਹੈ। ਸੋ ਤੁਸੀਂ ਪੰਜਾਬੀ ਹੋ, ਇੰਨੀ ਗੱਲ ਯਾਦ ਰੱਖਿਓ, ਜੋ ਪੰਜਾਂ ਪੀਰਾਂ ਦੀ ਧਰਤੀ ਹੈ, ਗੁਰੂਆਂ ਪੀਰਾਂ ਦੀ ਪੰਜਾਬ, ਉਹਨੂੰ ਉਜਾੜਨ ਦੀ ਬਹੁਤ ਹੁਣ ਤੱਕ ਕੋਸ਼ਿਸ਼ ਕੀਤੀ ਗਈ ਹੈ, ਪਰ ਤੁਹਾਡੇ ਵਰਗੇ ਜਿਹੜੇ ਯੋਧੇ ਨੇ, ਹੱਡ ਭੰਨ ਵੀ ਮਿਹਨਤ ਕਰਦੇ ਹਾਂ, ਦਸਾਂ ਨੋਹਾਂ ਦੀ ਕਿਰਤ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਜੋ ਵਰ ਦਿੱਤਾ, ਅਸੀਂ ਸਾਡਾ ਪੰਜਾਬ ਨੂੰ ਕੁਛ ਨਹੀਂ ਹੁੰਦਾ, ਲੇਕਿਨ ਸਮੇਂ ਦੇ ਜਿਹੜੇ ਬੰਦੇ ਜ਼ਾਲਮ ਇਸ ਤਰ੍ਹਾਂ ਦਾ ਕਾਰਨਾਮਾ ਪੰਜਾਬ ਨਾਲ ਕਰਦੇ ਆਏ, ਉਹਨਾਂ ਦਾ ਹਜੇ ਤੱਕ ਮੇਰਾ ਖਿਆਲ ਕੱਖ ਨਹੀਂ। ਤੁਸੀਂ ਸਾਰੀ ਹਿਸਟਰੀ ਪੁਰਾਣੀ ਜਾਣਦੇ ਹੋ ਇਸ ਬਾਰੇ। ਕੰਗ ਸਾਹਿਬ, ਬਹੁਤ ਬਹੁਤ ਧੰਨਵਾਦ। ਨਿਰਪੱਖ ਸੋਚ, ਨਿਆਰੀ ਪੱਤਰਕਾਰੀ, ਤਾਜ਼ਾ ਖ਼ਬਰਾਂ, ਸਿਆਸਤ, ਸਾਹਿਤਕ, ਸੱਭਿਆਚਾਰ, ਧਾਰਮਿਕ, ਸਿਹਤ ਅਤੇ ਫਿਲਮਾਂ ਬਾਰੇ ਜਾਣਕਾਰੀ। ਲੋਕ ਆਵਾਜ਼, ਲੋਕਾਂ ਦੀ ਆਵਾਜ਼, ਤੇ ਮੇਰੀ ਬਹੁਤ ਮਨਪਸੰਦ ਅਖਬਾਰ। ਆਪ ਪੜ੍ਹੋ ਤੇ ਲੋਕਾਂ ਨੂੰ ਵੀ ਪੜ੍ਹਾਓ। ਖ਼ਬਰਾਂ, ਇਸ਼ਤਿਹਾਰ ਜਾਂ ਹੋਰ ਸਮੱਗਰੀ ਭੇਜਣ ਲਈ ਅੱਜ ਹੀ ਸੰਪਰਕ ਕਰੋ ਜਰਨੈਲ ਪਸੋਤਾ ਨੂੰ 7806671786 ਤੇ।